بسم اللہ الرحمن الرحیم تمام میرے دوستانو میرے بھراوانو میرے طرفو السلام علیکم میں ہاں ਤੁਹਾਡਾ دوست ਤੁਹਾਡਾ ਭਰਾ ガーਡਨ ਮਾਸਟਰ 786 ਤੁਸੀਂ ਆਦੇ ਭਰਾ ਦਾ ਚੈਨਲ ਵੇਖਦੇ ਪਿਓ 786 ガーਡਨ ਨਰਸਰੀ ਫਾਰਮ ਜਿਹੜੇ ਮੇਰੇ دوست ਮੇਰੇ ਭਰਾ ਮੇਰੇ ਚੈਨਲ ਤੇ ਨਵੇਂ ਆਣੇ ਮੇਰੀ ਵੀਡੀਓ ਨੂੰ ਲਾਈਕ ਕਰਨ ਸ਼ੇਅਰ ਕਰਨ ਤੇ ਭਰਾ ਦਾ ਚੈਨਲ ਸਬਸਕ੍ਰਾਈਬ ਕਰ ਲਵਾਂ ਤੇ ਘੰਟੀ ਨੂੰ ਆਲਟ ਕਰ ਲਵਾਂ ਤਾਕੇ ਤੁਹਾਡਾ ਬਿਰਾਜ ਜਿਹੜੀ ਨਵੀਂ ਵੀਡੀਓ ਬਣਾਵੇ ਤੁਹਾਡੇ ਤੱਕ ਸਭ ਤੋਂ ਪਹਿਲੇ ਪਹੁੰਚੇ ਮੇਰੇ ਦੋਸਤੋ ਮੇਰੇ ਭਰਾਵੋ ਅੱਜ ਤੁਹਾਡੇ ਵਾਸਤੇ ਇੱਕ ਇਹੋ ਜਿਹੀ ਬੇਲ ਲੈ ਕੇ ਆਇਆ ਮੇਰੇ ਦੋਸਤੋ ਇਹ ਬੇਲ ਜਿਹੜੀ ਮੇਰੇ ਦੋਸਤੋ ਤੁਸੀਂ ਦੇਖਦੇ ਪਿਓ ਇਹ ਬੜੀ ਤੇਜ਼ ਚਲਦੀ ਹੈ ਮੇਰੇ ਦੋਸਤੋ ਤੇ ਆਹ ਵੇਖੋ ਮੇਰੇ ਭਰਾਵੋ ਮੇਰੇ ਬੇਲੀਓ ਇਹਦਾ ਪੱਤਾ ਵੀ ਬੜਾ ਵੱਡਾ ਹੈ ਮੇਰੇ ਦੋਸਤੋ ਆ ਦੇਖੋ ਮੇਰੇ ਦੋਸਤੋ ਮੇਰੇ ਦੋਸਤੋ ਇਹ ਵੇਖਣ ਵੀ ਬੜੀ ਸੋਹਣੀ ਲੱਗਦੀ ਏ ਬੜੀ ਖੂਬਸੂਰਤ ਲੱਗਦੀ ਏ ਮੇਰੇ ਦੋਸਤੋ ਬੇਲ ਤੇ ਤਿਆਰ ਵੀ ਮੇਰੇ ਦੋਸਤੋ ਬੜੀ ਸੌਖੀ ਏ ਇਹਦਾ ਤਿਆਰ ਕਰਨ ਦਾ ਬੜਾ ਆਸਾਨ ਤਰੀਕਾ ਮੇਰੇ ਦੋਸਤੋ ਬੜਾ ਹੀ ਆਸਾਨ ਤਰੀਕਾ ਮੇਰੇ ਦੋਸਤੋ ਤੁਹਾਡਾ ਬਿਰਾ ਇਸ ਵੀਡੀਓ ਦੇ ਵਿੱਚ ਮੁਕੰਮਲ ਇਸ ਬੇਲ ਦਾ ਤਰੀਕਾਕਾਰ ਦੱਸੇ ਵੀ ਇਹ ਬੇਲ ਅਸੀਂ ਲਾਮਣੀ ਕੀ ਨੇ ਇਹਦਾ ਕੀ ਤਰੀਕਾਕਾਰ ਏ ਤੇ ਇਹਦਾ ਨਾਂ ਵੀ ਦੱਸੇ ਬੜਾ ਬਿਰਾ ਤੁਹਾਡਾ ਟੈਮਜ਼ ਆਇਆ ਕਰਨ ਤੋਂ ਬਗੈਰ ਕਰਨਿਆ ਅਸੀਂ ਅੱਜ ਦੀ ਵੀਡੀਓ ਸ਼ੁਰੂ ਮੇਰੇ ਦੋਸਤੋ ਮੇਰੇ ਦੋਸਤੋ ਇਸ ਬੇਲ ਦਾ ਨਾਇ ਗਲੋ ਇਹ ਗਲੋ ਬੇਲ ਹੈ ਮੇਰੇ ਦੋਸਤੋ ਇਹਦਾ ਤਰੀਕੇਕਾਰ ਬੜਾ ਆਸਾਨ ਹੈ ਇਹਨੂੰ ਲਾਉਣ ਦਾ ਤੇ ਘਰ ਚ ਮੇਰੇ तमाम ਦੋਸਤ ਮੇਰੇ ਬਿਰਾ ਇਸ ਬੇਲ ਨੂੰ ਬੜੇ ਹੀ ਸੌਖੇ ਤਰੀਕੇ ਦੇ ਨਾਲ ਬੜੀ ਆਸਾਨੀ ਦੇ ਨਾਲ ਇਸ ਬੇਲ ਦਾ ਬੂਟਾ ਘਾਰੇ ਚ ਤਿਆਰ ਕਰ ਸਕਦੇ ਨੇ ਮੇਰੇ ਦੋਸਤ ਇਹਦਾ ਬੜਾ ਸੋਖਾ ਤਰੀਕਾ ਹੈ ਮੇਰੇ ਦੋਸਤੋ ਤੇ ਇਹ ਬੜੀ ਜ਼ਿਆਦਾ ਤੇਜ਼ੀ ਨਾਲ ਵਧਦੀ ਮੇਰੇ ਦੋਸਤੋ ਇਹ ਬੜਾ ਹੀ ਤੇਜ਼ੀ ਨਾਲ ਵਧਦੀ ਮੇਰੇ ਦੋਸਤੋ ਇਹਦਾ ਲਾਵਣ ਦਾ ਵੀ ਬੜਾ ਸੋਖਾ ਤਰੀਕਾ ਹੈ ਇਹ ਗਲੋਬਲ ਹੈ ਮੇਰੇ ਦੋਸਤੋ ਇਹ ਦੀਵਾਰਾਂ ਤੇ ਲੱਗੀ ਹੈ ਮੇਰੇ ਦੋਸਤੋ ਬੜੀ ਸੋਹਣੀ ਲੱਗਦੀ ਹੈ ਆ ਦੇਖੋ ਮੇਰੇ ਦੋਸਤੋ ਬੜੇ ਵੱਡੇ ਵੱਡੇ ਪੱਤੇ ਨੇ ਆ ਦੇਖੋ ਇਹ ਮੇਰੇ ਦੋਸਤੋ ਛਾਂ ਵਾਸਤੇ ਵੀ ਸਾਨੂੰ ਬੜਾ ਫਾਇਦੇਮੰਦ ਹੈ ਇਹ ਛਾਂ ਵੀ ਬੜੀ ਜਲਦੀ ਕਰਦੀ ਹੈ ਮੇਰੇ ਦੋਸਤੋ ਜਿਹੜੇ ਮੇਰੇ ਬਿਰਾ ਜ਼ਮੀਂਦਾਰ ਬਿਰਾ ਗਰੀਬ ਬਿਰਾ ਵਿੱਚ ਹੁੰਦੇ ਨੇ ਜੇ ਮਾਲ ਦੀ ਜਗ੍ਹਾ ਬਣਾਉਣ ਵਾਸਤੇ ਇਹ ਮਾਲ ਦੀ ਡੰਗਰਾਂ ਦੀ ਜਗ੍ਹਾ ਬਣਾਉਣ ਵਾਸਤੇ ਛਪਰੀ ਬਣਾਉਣ ਵਾਸਤੇ ਮੇਰੇ ਦੋਸਤੋ ਇਹ ਬੜੀ ਫਾਇਦੇਮੰਦ ਹੈ ਮੇਰੇ ਦੋਸਤੋ ਮਾਲ ਵਾਸਤੇ ਛਪਰੀ ਬਣਾਉਣੀ ਹੋਵੇ ਤੇ ਸਾਨੂੰ ਛਾਂ ਦੀ ਜ਼ਰੂਰਤ ਹੁੰਦੀ ਹੈ ਇਹ ਮੇਰੇ ਦੋਸਤੋ ਇਹਦਾ ਬੜਾ ਸੋਖਾ ਤਰੀਕੇ ਨਾਲ ਹੈ ਇਹ ਬੜੀ ਵੱਧੀ ਹੈ ਮੇਰੇ ਦੋਸਤੋ ਬੜੀ ਤੇਜ਼ੀ ਨਾਲ ਵੱਧੀ ਮੇਰੇ ਦੋਸਤੋ ਤੇ ਛਾਂ ਬਹੁਤ ਜ਼ਿਆਦਾ ਆਉਂਦੀ ਮੇਰੇ ਦੋਸਤੋ ਆ ਦੇਖੋ ਮੇਰੇ ਦੋਸਤੋ ਬੜਾ ਵੱਡਾ ਵੱਡਾ ਪੱਤਰਾ ਹੈ ਆ ਦੇਖੋ ਮੇਰੇ ਦੋਸਤੋ ਪੱਤਾ ਇਹਦਾ ਬੜਾ ਵੱਡਾ ਹੈ ਇਹ ਦੇਖੋ ਮੇਰੇ ਦੋਸਤੋ ਤੇ ਮੇਰੇ ਦੋਸਤੋ ਇਹ ਦੀਵਾਰਾਂ ਦੇ ਨਾਲ ਲੱਗੀ ਹੋਵੇ ਪਿੱਲਰ ਦੇ ਨਾਲ ਲੱਗੀ ਹੋਵੇ ਕਮਰਿਆਂ ਦੇ ਨਾਲ ਲੱਗੀ ਹੋਵੇ ਮੇਰੇ ਦੋਸਤੋ ਬੜੀ ਖੂਬਸੂਰਤੀ ਇਹਦੀ ਬਣ ਜਾਂਦੀ ਮੇਰੇ ਦੋਸਤੋ ਬੜੀ ਘਣੀ ਖੂਬਸੂਰਤੀ ਬਣਦੀ ਹੈ ਤੁਹਾਡਾ ਬਿਰਾ ਤੁਹਾਨੂੰ ਗਲੋ ਦੀਆਂ ਕਲਮਾ ਬਣਾ ਤੇ ਵਿਖਾ ਸੀ ਤੇ ਇਹਨੂੰ ਲਾਵਣਾ ਸੀ ਕਿਵੇਂ ਇਹਦੀ ਕਲਮਾ ਕਿਵੇਂ ਬਣਾਉਣੀਆਂ ਨੇ ਤੇ ਵੀਡੀਓ ਮੇਰੇ ਦੋਸਤੋ ਮੇਰੇ ਭਰਾਵਾ ਪੂਰੀ ਵਖਿਆ ਹੈ ਤੁਹਾਡੇ ਸਾਹਮਣੇ ਤੁਹਾਡਾ ਬਿਰਾ ਇਸ ਗਲੋ ਦੀਆਂ ਕਲਮਾ ਬਣਾ ਤੇ ਤੁਹਾਨੂੰ ਵਿਖਾ ਸੀ ਇਹ ਦੇਖੋ ਮੇਰੇ ਦੋਸਤੋ ਇਹ ਸਾਰੀ ਗਲੋ ਦੀ ਟਹਿਣੀ ਹੈ ਦੇਖੋ ਇਹ ਦੇਖੋ ਤੁਹਾਡਾ ਬਿਰਾ ਤੁਹਾਡੇ ਸਾਹਮਣੇ ਗਲੋ ਦੀਆਂ ਕਲਮਾ ਬਣਾ ਸੀ ਆ ਦੇਖੋ ਮੇਰੇ ਦੋਸਤੋ ਅਸੀਂ ਆ ਮੇਰੇ ਦੋਸਤੋ ਗਲੋ ਦੀ ਟਹਿਣੀਆਂ ਕੱਟ ਲਈਆਂ ਨੇ ਆ ਦੇਖੋ ਆ ਦੇਖੋ ਮੇਰੇ ਦੋਸਤੋ ਖਾਲੀ ਛਾਪਰੀਆਂ ਪਈਆਂ ਨੇ ਸਾਡੇ ਕੋਲ ਮੌਜੂਦ ਖਾਲੀ ਛਾਪਰੀ ਲੈ ਲੈਣੀ ਮੇਰੇ ਦੋਸਤੋ ਇਸ ਤਰ੍ਹਾਂ ਮੇਰੇ ਦੋਸਤੋ ਖਾਲੀ ਛਾਪਰੀ ਲੈ ਲੈਣੀ ਛੋਟੇ ਸਾਈਦੀ ਛੋਟੇ ਸਾਈਦੀ ਛਾਪਰੀ ਚ ਹੀ ਹੋ ਜਾਂਦੇ ਨੇ ਮੇਰੇ ਦੋਸਤੋ ਇਸ ਤਰ੍ਹਾਂ ਮੇਰੇ ਦੋਸਤੋ ਸਾਡੇ ਕੋਲ ਸੁਭਾ ਮੌਜੂਦ ਹੁੰਦਾ ਹੈ ਤੁਸੀਂ ਲੱਕੜ ਨਾਲ ਚਾਕੂ ਨਾਲ ਛੁਰੀ ਨਾਲ ਮੇਰੇ ਦੋਸਤੋ ਸੁਰਾ ਕੱਢ ਸਕਦੇ ਹੋ ਚਾਰ ਸੁਰਾ ਕੱਢ ਲੈਣੇ ਨੇ ਨਿਤ ਲੱਕੜ ਨਾਲ ਕੱਢ ਲੈਣੇ ਮੇਰੇ ਦੋਸਤੋ ਚਾਰ ਸੁਰਾ ਕੱਢ ਲੈਣੇ ਨੇ ਤੇ ਨਹਿਰ ਦੀ ਭਾਲ ਦੇ ਨਾਲ ਇਹਨੂੰ ਭਰ ਲੈਣਾ ਛਾਪਰੀ ਨੂੰ ਅਗਰ ਮੇਰੇ ਦੋਸਤਾਂ ਦੇ ਲੱਗੇ ਨਹਿਰ ਨਾ ਹੋਵੇ ਮੇਰੇ ਦੋਸਤੋ ਖਾੜੇ ਚੋਂ ਮਿੱਟੀ ਕੱਢਦੇ ਇਹਨਾਂ ਨੂੰ ਭਰ ਸਕਦੇ ਹੋ ਪਰੰਤੂ ਬਾਅਦ ਮੇਰੇ ਦੋਸਤੋ ਛੋਟੀ ਜਿਹੀ ਕਿਆਰੀ ਬਣਾ ਲੈਣੀ ਹੈ ਸਾਡੇ ਕੋਲ ਤੇ ਮੇਰੇ ਦੋਸਤੋ ਆ ਦੇਖੋ ਕਾਫੀ ਵੱਡੀ ਸਾਰੀ ਕਿਆਰੀ ਹੈ ਇੰਦੇ ਚ ਸ਼ਾਪਰੀਆਂ ਜੁੜੀਆਂ ਨੇ ਜਿੰਦੇ ਚ ਅਸੀਂ ਗਲੋ ਦੀਆਂ ਕਲਮਾਂ ਲਗਾਉਣੀਆਂ ਨੇ ਮੇਰੇ ਦੋਸਤੋ ਇਹ ਦੇਖੋ ਮੇਰੇ ਦੋਸਤੋ ਛੋਟੀ ਜੀ ਕਿਆਰੀ ਬਣਾ ਲੈਣੀ ਹੈ ਕਿਆਰੀ ਦੇ ਵਿੱਚ ਇਹ ਥੈਲੀਆਂ ਜੋੜ ਕੇ ਤੇ ਪਾਣੀ ਨਾਲ ਭਰ ਦੇਣਾ ਮੇਰੇ ਦੋਸਤੋ ਭਰਨ ਤੋਂ ਬਾਅਦ ਇਸ ਤਰ੍ਹਾਂ ਮੇਰੇ ਦੋਸਤੋ ਮਿੱਟੀ ਨਰਮ ਹੋ ਜਾਸੀ ਇਸ ਤਰ੍ਹਾਂ ਮੇਰੇ ਦੋਸਤੋ ਮਿੱਟੀ ਨਰਮ ਹੋ ਜਾਸੀ ਉਸ ਤੋਂ ਬਾਅਦ ਮੇਰੇ ਦੋਸਤੋ ਇੱਕ ਲੱਕੜ ਲੈ ਲੈਣੀ ਹੈ ਲੱਕੜ ਦੀ ਇਸ ਤਰ੍ਹਾਂ ਕਿੱਲੀ ਬਣਾ ਲੈਣੀ ਹੈ ਲੱਕੜ ਨੂੰ ਘਾੜ ਤੇ ਮੇਰੇ ਦੋਸਤੋ ਇਸ ਤਰ੍ਹਾਂ ਇਹ ਦੇਖੋ ਮੇਰੇ ਦੋਸਤੋ ਅਗੋ ਬਰੀਕ ਕਰ ਲੈਣਾ ਮੇਰੇ ਦੋਸਤੋ ਇਹਨਾਂ ਦੇ ਨਾਲ ਇਹਨੂੰ ਸੁਰਾਖ ਕੱਢ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਮੇਰੇ ਦੋਸਤੋ ਲੱਕੜ ਦੇ ਨਾਲ ਸੁਰਾਖ ਕਿੱਲੀ ਦੇ ਨਾਲ ਸੁਰਾਖ ਕੱਢ ਲੈਣਾ ਮੇਰੇ ਦੋਸਤੋ ਇਸ ਤਰ੍ਹਾਂ ਇਹ ਦੇਖੋ ਮੇਰੇ ਦੋਸਤੋ ਕਾਫੀ ਸਾਰੇ ਅਸੀਂ ਛਾਪੀਆਂ ਦੇ ਸੁਰਾਖ ਕੱਢ ਲੈਣੇ ਆ ਇਹ ਦੇਖੋ ਮੇਰੇ ਦੋਸਤੋ ਕਾਫੀ ਸਾਰੇ ਮੇਰੇ ਦੋਸਤੋ ਸੁਰਾਖ ਨਿਕਲ ਗਏ ਨੇ ਆ ਦੇਖੋ ਮੇਰੇ ਦੋਸਤੋ ਕਾਫੀ ਸਾਰੇ ਸਰਾਖ ਨਿਕਲ ਗਏ ਨੇ ਹੁਣ ਇਹਨਾਂ ਦੇ ਵਿੱਚ ਮੇਰੇ ਦੋਸਤੋ ਅਸੀਂ ਇਹ ਗਲੋ ਵਾਲੀਆਂ ਕਲਮਾਂ ਲਗਾਉਣੀਆਂ ਨੇ ਮੇਰੇ ਦੋਸਤੋ ਇਹ ਇਹ ਦੇਖੋ ਮੇਰੇ ਦੋਸਤੋ ਇਹ ਇਥੋਂ ਇਹ ਜੜ ਬਣਾਣੀ ਹੈ ਮੇਰੇ ਦੋਸਤੋ 1 ਇੰਚ ਇਹ ਦੇਖੋ ਮੇਰੇ ਦੋਸਤੋ ਗਾੜ ਦੇ ਨਾਲੋਂ 1 ਇੰਚ ਛਾੜਦੇ ਨੂੰ ਕੱਟਣਾ ਹੈ ਬਿਲਕੁਲ ਮੁੱਢੋਂ ਨਹੀਂ ਜੜਦੇ ਗਾੜ ਦੇ ਕੱਟਣਾ 1 ਇੰਚ ਗਾੜ ਦੇ ਨਾਲੋਂ ਛਾੜਦੇ ਨੂੰ ਕੱਟਣਾ ਹੈ ਮੇਰੇ ਦੋਸਤੋ ਤੇ ਇਹ ਦੇਖੋ ਮੇਰੇ ਦੋਸਤੋ ਇਸ ਤਰ੍ਹਾਂ ਨੂੰ ਲਗਾਉਣਾ ਹੈ ਇਹ ਮੇਰੇ ਦੋਸਤੋ ਇੱਥੋਂ ਜੜ ਬਣ ਜਾ ਸੀ ਇੱਥੋਂ ਵੀ ਫੋੜ ਕਸੀ ਤੇ ਇਹ ਦੇਖੋ ਮੇਰੇ ਦੋਸਤੋ ਇਹ ਇਹ ਤੁਤ ਵੀ ਸ਼ਾਖਾ ਕੱਢਿਆ ਸੀ ਮੇਰੇ ਦੋਸਤੋ ਇਸ ਤਰ੍ਹਾਂ ਫਿਰ ਇਹਨੂੰ ਹਲਕਾ ਜਿਹਾ ਦਬਾ ਦੇਣਾ ਮੇਰੇ ਦੋਸਤੋ ਇਹ ਦੇਖੋ ਮੇਰੇ ਦੋਸਤੋ ਮੇਰੇ ਦੋਸਤੋ ਇਹਨਾਂ ਨੂੰ ਰੋਜ਼ ਪਾਣੀ ਨਹੀਂ ਲਗਾਉਣਾ ਇਹ ਦੇਖੋ ਮੇਰੇ ਦੋਸਤੋ ਰੋਜ਼ ਪਾਣੀ ਨਾ ਲਗਾਉਣਾ ਮੇਰੇ ਦੋਸਤੋ ਜਿਹੜਾ ਜਿਹੜੀਆਂ ਨੇ ਖਰਾਬ ਹੋ ਜਾਂਦੀਆਂ ਨੇ ਜਿਹੜਾ ਖਰਾਬ ਹੋ ਜਾਵਣ ਤੇ ਮੇਰੇ ਦੋਸਤੋ ਫਿਰ ਇਹ ਸਾਡੇ ਜਿਹੜੇ ਨੇ ਗਲੋ ਵਾਲੇ ਪੌਦੇ ਇਹ ਜੜ ਨਹੀਂ ਬਣਾਦੇ ਜਿਸ ਵਜ੍ਹਾ ਤੋਂ ਸਾਡੇ ਪੌਦੇ ਸਾਇਆ ਹੋ ਜਾਂਦੇ ਨੇ ਤੇ ਰੋਜ਼ ਪਾਣੀ ਨਹੀਂ ਲਗਾਉਣਾ ਮੇਰੇ ਦੋਸਤੋ ਮੇਰੇ ਦੋਸਤੋ ਜਦੋਂ ਮਿੱਟੀ ਦਾ ਰੰਗ ਇਸ ਤਰ੍ਹਾਂ ਸਫੈਦ ਹੋ ਜਾਵੇ ਉਸ ਵਕਤ ਇਹਨਾਂ ਨੂੰ ਪਾਣੀ ਲਗਾਉਣਾ ਮੇਰੇ ਦੋਸਤੋ ਤੇ ਪਾਣੀ ਨਾਲ ਫੁੱਲ ਭਰਨਾ ਹੈ ਥੈਲੀਆਂ ਨੂੰ ਫੁੱਲ ਪਾਣੀ ਨਾਲ ਭਰ ਦੇਣਾ ਜਦੋਂ ਮਿੱਟੀ ਦਾ ਰੰਗ ਬਿਲਕੁਲ ਚਿੱਟਾ ਆ ਜਾਵੇ ਸਫੈਦ ਹੋ ਜਾਵੇ ਉਸ ਵਕਤ ਮੇਰੇ ਦੋਸਤੋ ਇਹਨਾਂ ਨੂੰ ਪਾਣੀ ਨਾਲ ਭਰਨਾ ਹੈ ਤੇ ਜਦੋਂ ਕਲਮਾ ਲਗਾਨੀਆਂ ਨੇ ਮੇਰੇ ਦੋਸਤੋ ਛਾਵੇਂ ਰੱਖਣੀਆਂ ਨੇ ਕਲਮਾ ਲਗਾਤੇ ਗਲੋਦੀਆਂ ਮੇਰੇ ਦੋਸਤੋ ਛਾਵੇਂ ਰੱਖਣੀਆਂ ਧੁੱਪੇ ਨਹੀਂ ਰੱਖਣੀਆਂ ਤੇ ਤੁਹਾਡਾ ਬਿਰਾ ਹੁਣ ਗਲੋਦ ਜਿਹੜੀ ਕਲਮ ਹੈ ਤੁਹਾਨੂੰ ਗਮਲੇ ਚ ਵੀ ਲਗਾ ਆ ਤੇ ਤਖਾਸੀ ਤੇ ਤਰੀਕਾ ਕਰ ਵੀ ਦੱਸਿਓ ਕਿ ਐਸੀ ਗਲੋਦੀਆਂ ਕਲਮਾਂ ਅਸੀਂ ਗਮਲੇ ਚ ਕਿਵੇਂ ਲਗਾਨੀਆਂ ਆ ਆ ਦੇਖੋ ਮੇਰੇ ਦੋਸਤੋ ਸਾਡੇ ਕੋਲ ਨਹਿਰ ਦੀ ਭਾਲ ਮੌਜੂਦ ਹੈ ਇਹਨਾਂ ਨਾਲ ਅਸੀਂ ਗਮਲਾ ਛੋਟਾ ਸਾਹਿਦਾ ਭਰਾਂਗੇ ਮੇਰੇ ਦੋਸਤੋ ਆ ਦੇਖੋ ਮੇਰੇ ਦੋਸਤੋ ਛੋਟਾ ਸਾਹਿਦਾ ਗਮਲਾ ਹੈ ਇਹਨੂੰ ਅਸੀਂ ਮਿੱਟੀ ਨਾਲ ਭਰਾਂਗੇ गमला मेरे दोस्तों सुराख आना है अगर बराव को गमला मौजूद ना आए तो मेरे दोस्तों मेरे बुरावो प्लास्टिक छोटी बाल्टी जी भी लगा सकते हो इंटी एडी जाड़ तो होती को मेरे दोस्तों तेरा तो बरावे तो सामने गमला बरसी गलो ग्लो द बेल लगावे असी जी यह देखो मेरे दोस्तों सुराख वाली जगह असि यह बिक्री रख देना है यह देखो मेरे दोस्तों ਗਮਲੇ ਨੂੰ ਮੇਰੇ ਦੋਸਤੋ ਅਸੀਂ ਭਰ ਰਹੇ ਹਾਂ ਫੁੱਲ ਐ ਦੇਖੋ ਮੇਰੇ ਦੋਸਤੋ ਐ ਦੇਖੋ ਮੇਰੇ ਦੋਸਤੋ ਅਸੀਂ ਇਹਨੂੰ ਫੁੱਲ ਭਰ ਦਿੱਤਾ ਹੈ ਐ ਦੇਖੋ ਇਹਨੂੰ ਅਸੀਂ ਇਸ ਤਰ੍ਹਾਂ ਛੰਡਾਂਗੇ ਇਹਨੂੰ ਤਾਂ ਕਿ ਇਹ ਮਿੱਟੀ ਜਿਹੜੀ ਏ ਥੱਲੇ ਬਹਿ ਜਾਵੇ ਐ ਦੇਖੋ ਮੇਰੇ ਦੋਸਤੋ ਫੁੱਲ ਭਰਾ ਗਿਆ ਮੇਰੇ ਦੋਸਤੋ ਐਨਾ ਕਿ ਖਾਲੀ ਰੱਖਣਾ ਹੈ ਇਹਦੇ ਵਿੱਚ ਪਾਣੀ ਪਾਣ ਦੀ ਅਸੀਂ ਜਗ੍ਹਾ ਛੱਡਾਂਗੇ ਇਹ ਦੇਖੋ ਮੇਰੇ ਦੋਸਤੋ ਇਹ ਦੇਖੋ ਮੇਰੇ ਦੋਸਤੋ ਅਸੀਂ ਹੁਣ ਇਹਨੂੰ ਪਾਣੀ ਲਗਾ ਰਿਹਾ ਮੇਰੇ ਦੋਸਤੋ ਗਮਲੇ ਨੂੰ ਤਾਂ ਕਿ ਮਿੱਟੀ ਜਿਹੜੀ ਹੈ ਨਰਮ ਹੋ ਜਾਵੇ ਮੇਰੇ ਦੋਸਤੋ ਇਹ ਦੇਖੋ ਮੇਰੇ ਦੋਸਤੋ ਪਾਣੀ ਖੁਸ਼ਕ ਹੋ ਗਿਆ ਗਮਲੇ ਚ ਹੁਣ ਇਹਦੇ ਚ ਮੇਰੇ ਦੋਸਤੋ ਅਸੀਂ ਬਲੋ ਦੀ ਕਲਮ ਲਗਾਵਾਂਗੇ ਜੀ यह देखो मेरे दोस्तों लकड़ी किली असं इन सुराख क्डा जी यह देखो यह देखो मेरे दोस्तों इस तरह इन असं लगाना है जी यह देखो मेरे दोस्तों असी गलो की कलम है देखो मेरे दोस्तों लगा, है, आदेखो, आदेखो, आदे लगा है, दी है यह देखो यह गमला पे गमले गमले लगा दी है यह गलोह की कलम है मेरे दोस्तों इनू लगा तो मेरे दोस्तों छावे रखना है दुप्पे नहीं रखना एक हफ्ता इन छावे रख देवे ਜੇ ਜਦ ਜੜ ਬਣ ਜਾਵੇ ਮੇਰੇ ਦੋਸਤੋ ਇਹਨੂੰ ਬੇਸ਼ੱਕ ਬਾਵੇਂ ਤੁਸੀਂ ਧੁੱਪੇ ਰੱਖ ਦੇ ਸਕਦੇ ਨੇ ਤੇ ਆ ਦੇਖੋ ਮੇਰੇ ਦੋਸਤੋ ਤਿਆਰ ਵੇਲ ਬਣ ਗਈ ਹੈ ਮੇਰੇ ਦੋਸਤੋ ਇਹਨੂੰ ਮੇਰੇ ਦੋਸਤੋ ਰੋਜ਼ ਪਾਣੀ ਨਹੀਂ ਲਗਾਉਣਾ ਜਦੋਂ ਵੀ ਪਾਣੀ ਲਗਾਉਣਾ ਹੈ ਗਮਲਾ ਜਦੋਂ ਸਫੈਦ ਹੋ ਜਾਵੇ ਖੁਸ਼ਕ ਹੋ ਜਾਵੇ ਉਸ ਵਕਤ ਮੇਰੇ ਦੋਸਤੋ ਪਾਣੀ ਲਗਾਉਣਾ ਹੈ ਇਸ ਤਰ੍ਹਾਂ ਮਿੱਟੀ ਦਾ ਰੰਗ ਹੋ ਜਾਵੇ ਤੇ ਮੇਰੇ ਦੋਸਤੋ ਇਹਨੂੰ ਪਾਣੀ ਲਗਾਉਣਾ ਹੈ ਤੇ ਗਮਲੇ ਨੂੰ ਮੇਰੇ ਦੋਸਤੋ ਦੋ ਦਫਾ ਪਾਣੀ ਨਾਲ ਭਰਨਾ ਹੈ ਤਾਂ ਕਿ ਪਾਣੀ ਥੱਲੇ ਜੜਾਂ ਤੱਕ ਪਹੁੰਚ ਜਾਵੇ ਅਗਰ ਗਮਲਾ ਤੁਹਾਡੇ ਕੋਲ ਮੌਜੂਦ ਨਹੀਂ ਹੈ ਮੇਰੇ ਦੋਸਤੋ ਇੱਕ ਬੋਤਲ ਲੈ ਲੈਣੀ ਹੈ ਮੇਰੇ ਦੋਸਤੋ ਜਿਸ ਤਰ੍ਹਾਂ ਅਸੀਂ ਇਹ ਬੋਤਲ ਲਈਏ ਵੱਡੀ ਬੋਤਲ ਹੋਏ ਮੇਰੇ ਦੋਸਤੋ ਸਵਾ ਦੋ ਲੀਟਰ ਵਾਲੀ ਇਹਨੂੰ ਕੱਟ ਕੇ ਇਹਦੇ ਵਿੱਚ ਮਿੱਟੀ ਭਰ ਕੇ ਮੇਰੇ ਦੋਸਤੋ ਤੇ ਇਹਦੇ ਵਿੱਚ ਵੀ ਲਗਾ ਸਕਦੇ ਨੇ ਮੇਰੇ ਦੋਸਤੋ ਸਾਈਡਾਂ ਤੋਂ ਸੁਰਾਖ ਕੱਢ ਲੈਣੇ ਨੇ ਅਸੀਂ ਵੀ ਸੁਰਾਖ ਕੱਢੇ ਨੇ ਇਹਦੇ ਵੀ ਦੋਸਤੋ ਸੁਰਾਖ ਕੱਢ ਤੇ ਮੇਰੇ ਦੋਸਤੋ ਇਹਨੂੰ ਭਰ ਲੈਣਾ ਫੁੱਲ ਮਿੱਟੀ ਦੇ ਨਾਲ ਨਹਿਰ ਦੀ ਭਾਲ ਦੇ ਨਾਲ ਇਹ ਦੇਖੋ ਮੇਰੇ ਦੋਸਤੋ ਨਹਿਰ ਦੀ ਭਾਲ ਦੇ ਨਾਲ ਅਸੀਂ ਇਹਨੂੰ ਭਰਦੇ ਪਿਆ ਫੁੱਲ ਐ ਦੇਖੋ ਮੇਰੇ ਦੋਸਤੋ ਉਸ ਤੋਂ ਬਾਅਦ ਮੇਰੇ ਦੋਸਤੋ ਇਹਨਾਂ ਵਾਂਸੀ ਚੱਕ ਕੇ ਇਸ ਤਰ੍ਹਾਂ ਛੰਡਣਾ ਹੈ ਇਸ ਤਰ੍ਹਾਂ ਤਾਂ ਕਿ ਜਿਹੜੀ ਮਿੱਟੀ ਹੈ ਥੱਲੇ ਬਹਿ ਜਾਵੇ ਐ ਦੇਖੋ ਮੇਰੇ ਦੋਸਤੋ ਇਸ ਤਰ੍ਹਾਂ ਛੰਡ ਦੇਣਾ ਤਸਲੀ ਦੇ ਨਾਲ ਮਿੱਟੀ ਫੋਲ ਬਹਿ ਜਾਵੇ ਐ ਦੇਖੋ ਮੇਰੇ ਦੋਸਤੋ ਹੁਣ ਤੁਹਾਡਾ ਬਿਰਾ ਪਲਾਸਕਟ ਦੀ ਬੋਤਲ ਦੇ ਵਿੱਚ ਗਲੋ ਦੀ ਕਲਮ ਲਗਾ ਤੇ ਖਾਸੇ ਬਗੈਰ ਪੈਸਾ ਤੋਂ ਮੇਰੇ ਦੋਸਤੋ ਪਲਾਸਟਿਕ ਦੀਆਂ ਬੋਤਲਾਂ ਆਮ ਸਾਡੇ ਘਰਾਂ 'ਚ ਮੌਜੂਦ ਲੱਭ ਜਾਂਦੀਆਂ ਨੇ ਇਹ ਦੇਖੋ ਮੇਰੇ ਦੋਸਤੋ ਇਹ ਦੂਸਰੀ ਕਲਮ ਗਲੋ ਦੀ ਜਿਹੜੀ ਹੈ ਅਸੀਂ ਇਸ ਪਲਾਸਟਿਕ ਦੀ ਬੋਤਲ ਜਿਹੜੀ ਕੱਟੀ ਹੋਈ ਹੈ ਇਹਦੇ ਵਿੱਚ ਲਗਾਸਾਂ ਜੀ ਇਹ ਦੇਖੋ ਮੇਰੇ ਦੋਸਤੋ ਇਸ ਤਰ੍ਹਾਂ ਲਗਾ ਤੇ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਨੱਪ ਦੇਣਾ ਹੈ ਤਾਂ ਕਿ ਇਹਦੇ ਵਿੱਚ ਹਵਾ ਨਾ ਪਵੇ ਇਹ ਦੇਖੋ ਮੇਰੇ ਦੋਸਤਾਂ ਦੇ ਵਿੱਚ ਅਸੀਂ ਹੋਰ ਥੋੜੀ ਜਿਹੀ ਮਿੱਟੀ ਪਾ ਦਿੰਨੇ ਆਂ ਇਸ ਤਰ੍ਹਾਂ ਮੇਰੇ ਦੋਸਤਾਂ ਦੀ ਮਿੱਟੀ ਪਾ ਤੇ ਇਸ ਲਈ ਨਾ ਭਰ ਦੇਣਾ ਮੇਰੇ ਦੋਸਤੋ ਫਿਰ ਇਸ ਤਰ੍ਹਾਂ ਇਹਨੂੰ ਚੱਕ ਕੇ ਛੰਡਣਾ ਹੈ ਬਗੈਰ ਪੈਸਾ ਤੇ ਮੇਰੇ ਦੋਸਤੋ ਗਲੋ ਦਾ ਪਾਤਾ ਤਿਆਰ ਹੋ ਜਾਏਗਾ ਇਹ ਦੇਖੋ ਮੇਰੇ ਦੋਸਤੋ ਇਹਨੂੰ ਵੀ ਮੇਰੇ ਦੋਸਤੋ ਦੋ ਤਿੰਨ ਦਫਾ ਭਰਨਾ ਪਾਣੀ ਦੇ ਨਾਲ ਤਾਂ ਕਿ ਪਾਣੀ ਥੱਲੇ ਤੱਕ ਜਿਹੜਾ ਤੱਕ ਪਹੁੰਚ ਜਾਵੇ ਤੇ ਇਹਨੂੰ ਮੇਰੇ ਦੋਸਤੋ ਕਿਸੇ ਦਰਖਤ ਦੇ ਨਾਲ ਅਗਰ ਤੁਸੀਂ ਰੱਖਣਾ ਹੈ ਤੈਨੂੰ ਨਾਲ ਡੋਰੀ ਬੰਨ੍ਹ ਦੇਣੀ ਹੈ ਇਹ ਦੇਖੋ ਮੇਰੇ ਦੋਸਤੋ ਦੀਵਾਰ ਦੇ ਨਾਲ ਵੀ ਡੋਰੀ ਤੁਹਾਨੂੰ ਆਰਜ਼ੀ ਤੌਰ ਤੱਕ ਬੰਨ੍ਹਣੀ ਪੈਣੀ ਹੈ ਜਦੋਂ ਉੱਤੇ ਚੜ ਜਾਏਗੀ ਦੀਵਾਰ ਦੇ ਫਿਰ ਡੋਰੀ ਬੇਸ਼ੱਕ ਤੁਸੀਂ ਖੋਲ ਸਕਦੇ ਹੋ ਫਿਰ ਡੋਰੀ ਦੀ ਜ਼ਰੂਰਤ ਹੀ ਨਹੀਂ ਪੈਣੀ ਇਹ ਦੇਖੋ ਮੇਰੇ ਦੋਸਤੋ ਇਹ ਪਲਾਸਟਿਕ ਦੀ ਬੋਤਲ ਹੈ ਇਹਦੇ ਵਿੱਚ ਅਸੀਂ ਗਲੋ ਦੀ ਕਲਮ ਲਗਾਈ ਹੈ ਇਹਨੂੰ ਲਗਾ ਤੇ ਮੇਰੇ ਦੋਸਤੋ ਇੱਕ ਹਫ਼ਤਾ ਛਾਂਵੇਂ ਰੱਖ ਦੇਣਾ ਜਦੋਂ ਜੜ ਬਣ ਜਾਵੇ ਫਿਰ ਮੇਰੇ ਦੋਸਤੋ ਜਿੱਥੇ ਮਰਜ਼ੀ ਤੁਸੀਂ ਰੱਖ ਸਕਦੇ ਆ ਇਹ ਦੇਖੋ ਮੇਰੇ ਦੋਸਤੋ ਤੇਨੂੰ ਵੀ ਮੇਰੇ ਦੋਸਤੋ ਰੋਜ਼ ਪਾਣੀ ਨਹੀਂ ਲਗਾਉਣਾ ਜਦੋਂ ਮਿੱਟੀ ਦਾ ਰੰਗ ਸਫੈਦ ਹੋ ਜਾਵੇ ਇਸ ਤਰ੍ਹਾਂ ਜਿਵੇਂ ਆਪਾਂ ਸਬਜ਼ੀਆਂ ਨੂੰ ਜਾਂ ਦੂਸਰੇ ਨੂੰ ਨਰਮੇ ਨੂੰ ਜਾਂ ਦੂਸਰੇ ਧਾਈ ਨੂੰ ਪਾਣੀ ਲਗਾਣ ਜਦੋਂ ਖੁਸ਼ਕ ਹੋ ਜਾਣ ਉਦੋਂ ਮੇਰੇ ਦੋਸਤੋ ਇਹਨਾਂ ਨੂੰ ਪਾਣੀ ਲਗਾਣਾ ਤੇ ਬਿਰਾ ਦੀ ਵੀਡੀਓ ਚੰਗੀ ਲੱਗੇ ਤੇ ਬਿਰਾ ਦੀ ਵੀਡੀਓ ਨੂੰ ਲਾਈਕ ਕਰੋ ਬਿਰਾਨ ਚੈਨਲ ਸਬਸਕ੍ਰਾਈਬ ਕਰ ਲਓ ਤੇ ਘੰਟੀ ਨੂੰ ਆਲਟ ਕਲਿੱਕ ਕਰ ਲਓ ਮੈਂ ਇਨਸ਼ਾਅੱਲਾ ਨਵੀਂ ਵੀਡੀਓ ਦੇ ਨਾਲ ਅੱਲਾਹ ਹਾਫਿਜ਼